ਹੈਲੋ ਸਟੂਡੈਂਟਸ ਵੈਲਕਮ ਟੂ ਆਲ ਔਨ CBCS ਸ਼ਿਕਸ਼ਾ ਆਨਲਾਈਨ ਪਲੇਟਫਾਰਮ ਸਟੂਡੈਂਟਸ ਮੈਂ ਤੁਹਾਡਾ ਆਪਣਾ ਗੁਰਲਾਲ ਸਰ ਹਾਂ ਅੱਜ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਟੈਸਟ ਬੈਚ ਲੈ ਕੇ ਆਣ ਜਾ ਰਿਹਾ ਠੀਕ ਹੈ ਜੀ ਇਹ ਟੈਸਟ ਬੈਚ ਸੁਪਰ ਟੈਸਟ ਪੈਕ ਦੇ ਨਾਮ ਤੋਂ ਰੱਖਿਆ ਗਿਆ ਬੱਚੇ ਜਿਸ ਦੇ ਵਿੱਚ ਤੁਹਾਨੂੰ ਡੇਲੀ ਦਾ ਪ੍ਰੋਪਰ ਇੱਕ ਸ਼ਡਿਊਲ ਮਿਲੇਗਾ ਇੱਕ ਪ੍ਰੋਪਰ ਟਾਈਮ ਟੇਬਲ ਮਿਲੇਗਾ ਵੀ ਤੁਹਾਡਾ ਆਉਣ ਵਾਲੇ 50 ਡੇਸ ਦੇ ਵਿੱਚ ਕਿਹੜੇ ਕਿਹੜੇ ਟੈਸਟ ਹੋਣੇ ਨੇ ਠੀਕ ਹੈ ਕਿਹੜੇ ਦਿਨ ਕਿਸ ਟੌਪਿਕ ਦਾ ਟੈਸਟ ਹੈ ਈਵਨ ਸਬਜੈਕਟ ਤੋਂ ਬਾਅਦ ਉਹਨੇ ਟੌਪਿਕ ਵੀ ਮੈਂਸ਼ਨ ਕੀਤੇ ਗਏ ਨੇ ਵੀ ਇਸ ਟ ਕਿਦਾ ਇਸ ਦਿਨ ਟੈਸਟ ਏਨੇ ਦੇ ਚ ਕੁਐਸਚਨ ਹੋਣਗੇ ਠੀਕ ਹੈ ਕਿਵੇਂ ਟੈਸਟ ਸਾਰੇ ਹੋਣਗੇ ਏ ਟੂ ਜ਼ੈਡ ਆਪਾਂ ਚੀਜ਼ ਨੂੰ ਡਿਸਕਸ ਕਰਨੇ ਆ ਰਹੇ ਜੀ ਠੀਕ ਹੈ ਤਾਂ ਵਿਦ ਡੇਲੀ ਸ਼ਡਿਊਲ ਸੁਪਰ ਟੈਸਟ ਪੈਕ ਆਪਾਂ ਇਸ ਨਾਮ ਇਸ ਇਹ ਬੈਚ ਦਾ ਨਾਮ ਹੋਵੇਗਾ ਜਿਹੜਾ ਕਿ ਆਲ ਪੰਜਾਬ ਐਗਜ਼ਾਮ 2023 ਦੇ ਜਿੰਨੇ ਵੀ ਅਪਕਮਿੰਗ ਐਗਜ਼ਾਮਸ ਆ ਰਹੇ ਨੇ ਉਹਨਾਂ ਸਾਰਿਆਂ ਵਾਸਤੇ ਤੁਹਾਨੂੰ ਪ੍ਰੋਪਰ ਤੌਰ ਤੇ ਬੈਨੀਫੀਸ਼ੀਅਲ ਰਹੇਗਾ ਬੱਚੇ ਠੀਕ ਹੈ ਅਗਰ ਮੈਂ ਗੱਲ ਕਰਾਂ ਇਗਜ਼ਾਮ ਪੈਟਰਨ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਇਗਜ਼ਾਮ ਪੈਟਰਨ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਕੋਈ ਵੀ ਤਿਆਰੀ ਕਰਨ ਤੋਂ ਪਹਿਲਾਂ ਕੋਈ ਵੀ ਟੈਸਟ ਬੈਚ ਜੁਆਇਨ ਕਰਨ ਤੋਂ ਪਹਿਲਾਂ ਐਟਲੀਸਟ ਤੁਹਾਨੂੰ ਸਿਲੇਬਸ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਵੇਂ ਕਿ ਸਿਲੇਬਸ ਤੁਹਾਨੂੰ ਸਭ ਨੂੰ ਪਤਾ ਹੈ ਵੀ ਪੇਪਰ A ਤੇ ਪੇਪਰ B ਹੋਣਾ ਹੈ ਹਨਾ ਪੇਪਰ A ਦੇ ਵਿੱਚ ਕੀ ਆਪਣੇ ਕੋਲ ਪੰਜਾਬੀ ਦਾ ਹੈਗਾ 50 ਮਾਰਕਸ ਦੀ ਆਪਣੇ ਕੋਲ ਕੁਐਸਚਨ ਪੰਜਾਬੀ ਦੇ ਆਉਣਗੇ ਜਿੰਦੇ ਵਿੱਚ ਆਪਾਂ ਨੂੰ 25 ਮਾਰਕਸ ਲੈਣੇ ਬਹੁਤ ਹੀ ਜ਼ਰੂਰੀ ਨੇ ਆਪਾਂ ਕੁਆਲੀਫਾਈ ਨੇਚਰ ਕਰਨਾ ਤਾਂ ਠੀਕ ਹੈ ਅਗ ਪੇਪਰ A ਦੇ ਵਿੱਚ ਕੁਆਲੀਫਾਈਇੰਗ ਨੇਚਰ ਦੀ ਪੰਜਾਬੀ ਦੀ ਗੱਲ ਕਰਾਂ ਤਾਂ ਸਿੱਖ ਗੁਰੂਆਂ ਦੇ ਬਾਰੇ ਮੋਸਟਲੀ ਟਾਪਿਕਸ ਹੁੰਦੇ ਨੇ ਠੀਕ ਹੈ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਤਾਂ ਪ੍ਰੋਪਰ ਤੌਰ ਤੇ ਇਹਨਾਂ ਨੇ ਇੱਕ ਇੰਗਲਿਸ਼ ਗ੍ਰਾਮਰ ਐਂਡ ਇੰਗਲਿਸ਼ ਲੈਂਗੁਏਜ ਦੇ ਉੱਪਰ ਇਹਨਾਂ ਬੇਸਿਕਲੀ ਬੇਸਿਕਲੀ ਇੱਕ 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 ਕੁਐਸਚਨ ਹੋਣਗੇ ਦੂਸਰਾ ਪਾਰਟ ਮੈਂ ਇਸ ਨੂੰ ਪਹਿਲਾ ਪਾਰਟ ਸੇ ਗੁਰੂਸ ਰੱਖਿਆ ਹੈ ਦੂਸਰਾ ਪਾਰਟ ਇਸ ਨੂੰ ਮੈਂ ਲੈਂਗੁਏਜ ਐਂਡ ਗ੍ਰਾਮਰ ਦੇ ਤੌਰ ਤੇ ਰੱਖਿਆ ਹੈ ਤੀਸਰਾ ਪਾਰਟ ਮੈਂ ਗੱਲ ਕਰਾਂ ਪੰਜਾਬ ਹਿਸਟਰੀ ਹੈਗਾ ਇਹਦੇ ਵਿੱਚ ਐਂਡ ਪੰਜਾਬ ਦਾ ਕਲਚਰ ਹੈਗਾ ਬੱਚੇ ਤਾਂ ਇਹ ਚਾਰ ਮੇਨ ਪਾਰਟਸ ਨੇ ਜੋ ਕਿ ਤੁਹਾਡੇ ਪੰਜਾਬੀ ਦੇ ਪੇਪਰ A ਦੇ ਵਿੱਚ ਆਉਣ ਵਾਲੇ ਨੇ ਠੀਕ ਹੈ ਅਗਰ ਮੈਂ ਗੱਲ ਕਰਾਂ ਪੇਪਰ B ਦੀ ਪੇਪਰ B ਤੁਹਾਡੇ ਕੋਲ 100 ਮਾਰਕਸ ਦਾ ਹੋਵੇਗਾ ਬੱਚੇ ਹੈਨਾ ਮੋਸਟਲੀ ਜੋ ਇਗਜ਼ਾਮ ਨੇ ਪੀ ਟ੍ਰਿਪਲ ਐਸ ਬੀ ਦੇ ਉਹ 100 ਇਗਜ਼ਾਮ ਦੇ ਹੀ ਨੇ ਠੀਕ ਹੈ ਪੀ ਟ੍ਰਿਪਲ ਐਸ ਬੀ ਕਲਰਕ ਦਾ ਓਨਲੀ 120 ਦਾ ਹੈ ਬਾਕੀ ਸਾਰੇ 100 ਦੇ ਹੀ ਨੇ ਦ 100 ਦੇ ਵਿੱਚ ਕੀ ਹੋਵੇਗਾ ਪਹਿਲਾਂ 25 ਨੰਬਰ ਦੀ ਤੁਹਾਡੇ ਕੋਲ ਜੀਕੇ ਆਵੇਗੀ ਜੀਕੇ ਵੀ ਸਭ ਕੁਝ ਹੈਗਾ ਬੱਚੇ ਪੋਲਿਟੀ এনवायरमेंट ਕਰੰਟ ਅਫੇਅਰ ਸਾਇੰਸ ਟੈਕ ਹੋ ਗਿਆ ਹਨਾ ਇਕਨੋਮੀ ਹੋ ਗਿਆ ਹਿਸਟਰੀ ਆਫ ਪੰਜਾਬ ਹੋ ਗਿਆ ਜਾਂ ਇੰਡੀਆ ਹੋ ਗਿਆ ਹਿਸਟਰੀ ਹਿਸਟਰੀ ਹੋ ਗਿਆ ਸਪੋਰਟਸ ਹੋ ਗਿਆ ਸਿਨੇਮਾ ਹੋ ਗਿਆ ਤਾਂ A ਟੂ ਜੀਓਗ੍ਰਾਫੀ ਦੇ ਕੁਐਸਚਨ ਹੋਣਗੇ A ਟੂ Z ਚੀਜ਼ ਮੈਂਸ਼ਨ ਕੀਤੀ ਗਈ ਹੈ ਠੀਕ ਹੈ ਅਗਰ ਮੈਂ ਗੱਲ ਕਰਾਂ ਰੀਜ਼ਨਿੰਗ ਤੇ ਕੁਆਂਟ ਦੀ ਤਾਂ ਰੀਜ਼ਨਿੰਗ ਕੁਆਂਟ ਵੀ ਤੁਹਾਡੇ ਕੋਲ ਅਰਾਊਂਡ 12 ਤੇ 12 ਜਾਂ 13 ਨੰਬਰ ਦਾ ਰੀਜ਼ਨਿੰਗ ਆਵੇਗਾ ਜਾਂ 12 ਜਾਂ 13 ਨੰਬਰ ਦਾ ਕੁਆਂਟ ਆਵੇਗਾ ਉਹਦੇ ਵੀ ਪ੍ਰੋਪਰ ਤੌਰ ਤੇ ਟੌਪਿਕ ਤੁਹਾਨੂੰ ਇੰਗਲਿਸ਼ ਐਂਡ ਪੰਜਾਬੀ ਦੀ ਗੱਲ ਕਰਾਂ ਤਾਂ ਇੰਗਲਿਸ਼ 12 ਨੰਬਰ ਦੀ ਪੰਜਾਬੀ 13 ਨੰਬਰ ਦੀ ਪੇਪਰ B ਚ ਆਵੇਗੀ ਤਾਂ ਇਹਦੇ ਵਿੱਚ ਵੀ ਇੰਗਲਿਸ਼ ਲੈਂਗੁਏਜ ਦੇ ਉੱਪਰ ਕੁਐਸਚਨ ਆਉਣਗੇ ਤੇ ਇੰਗਲਿਸ਼ ਗ੍ਰਾਮਰ ਦੇ ਉੱਪਰ ਕੁਐਸਚਨ ਆਉਣਗੇ ਉਵੇਂ ਹੀ ਪੰਜਾਬੀ ਲੈਂਗੁਏਜ ਦੇ ਉੱਪਰ ਕੁਐਸਚਨ ਆਉਣਗੇ ਤੇ ਪੰਜਾਬੀ ਗ੍ਰਾਮਰ ਦੇ ਉੱਪਰ ਕੁਐਸਚਨ ਆਉਣਗੇ ਬੱਚੇ ਹਨਾ ਤਾਂ ਐਵੇਂ ਹੀ ਕੰਪਿਊਟਰ ਦਾ ਆਵੇਗਾ ਬੱਚੇ ਤੁਹਾਡੇ ਕੋਲ 9 ਨੰਬਰ ਦਾ ਐਵੇਂ ਹੀ ਤੁਹਾਡੇ ਕੋਲ ਪੰਜਾਬ ਦੀ ਹਿਸਟਰੀ ਐਂਡ ਪੰਜਾਬ ਦਾ ਕਲਚਰ ਪੁੱਛਿਆ ਜਾਵੇਗਾ ਇਸ ਦੇ ਮੇਨਲੀ ਕੁਐਸਚਨ ਹੋਣਗੇ ਇਹ ਟੈਸਟ ਬੈਚ ਕਿਵੇਂ ਰਹਿਣ ਵਾਲਾ ਹੈ ਹੁਣ ਆਪਾਂ ਟੈਸਟ ਬੈਚ ਦੀ ਗੱਲ ਕਰਦੇ ਆ ਮੇਨਲੀ ਪੁਆਇੰਟ ਹੈਗਾ ਟੈਸਟ ਬੈਚ ਦਾ ਬੱਚੇ ਤਾਂ ਤੁਸੀਂ ਤਿਆਰੀ ਕਰ ਲਈ ਹੋਵੇਗੀ ਤਿਆਰੀ ਆਰਾਮ ਨਾਲ ਕਰ ਲਈ ਹੋਵੇਗੀ ਤੁਸੀਂ ਬਹੁਤ ਅੱਛੇ ਤਰੀਕ ਨਾਲ ਕਰ ਲਈ ਹੋਵੇਗੀ ਹੁਣ ਤੁਹਾਨੂੰ ਲੋਡ ਇੱਕ ਟੈਸਟ ਬੈਚ ਦੀ ਤਾਂ ਉਸ ਟੈਸਟ ਬੈਚ ਵਿੱਚ ਕਿਵੇਂ ਤੁਸੀਂ ਡੇਲੀ ਨੂੰ ਆਪਣੇ ਆਪ ਨੂੰ ਗਰੋ ਕਰਨਾ ਹੈ ਹੁਣ ਤੁਸੀਂ ਇੱਕ ਜਗ੍ਹਾ ਤੇ ਇੱਕ ਤਿਆਰੀ ਕਰ ਲਈ ਥਿਊਰੀ ਕਰ ਲਈ ਵਾਧੂ ਸਾਰੇ ਐਮਸੀਕਿਊ ਕਰ ਲਏ ਬਹੁਤ ਸਾਰੀਆਂ YouTube ਤੋਂ ਕਲਾਸਾਂ ਲਾ ਲਈਆਂ ਬਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੇਰੇ ਕਿੰਨੇ ਕੁਐਸਚਨ ਸਹੀ ਹੋ ਰਹੇ ਨੇ ਕਿਹੜਾ ਮੇਰਾ ਟੌਪਿਕ ਵੀ ਹੈ ਕਿ ਕਿਵੇਂ ਮੈਂ ਉਸ ਨੂੰ ਪ੍ਰਪੇਅਰ ਕਰਨਾ ਹੈ ਤਾਂ ਇਹ ਆਪਣਾ ਬੈਚ ਹੋਵੇਗਾ ਵਿਦ ਡੇਲੀ ਸ਼ੈਡਿਊਲ ਸੁਪਰ ਟੈਸਟ ਪੈਕ ਹੋਵੇਗਾ ਬੱਚੇ ਠੀਕ ਹੈ ਇਹ ਫੁੱਲ ਆਰ ਐਨ ਡੀ ਬੇਸ ਟੈਸਟ ਬੈਚ ਹੋਵੇਗਾ ਫੁੱਲ ਆਰ ਐਨ ਡੀ ਮਤਲਬ ਕੀ ਹੁੰਦਾ ਫੁੱਲ ਆਰ ਐਨ ਡੀ ਦਾ ਬੱਚੇ ਜੋ ਐਗਜ਼ਾਮ ਪੁਆਇੰਟ ਵਿੱਚ ਆਉਣ ਵਾਲੀਆਂ ਚੀਜ਼ਾਂ ਨੇ ਸਿਰਫ ਪੁਆਇੰਟਸ ਦੇ ਬੇਸ ਤੇ ਹੀ ਅਸੀਂ ਇਹ ਟੈਸਟ ਲਵਾਂਗੇ ਐਂਡ ਇੱਕ ਪ੍ਰੋਪਰ ਟਾਈਮ ਟੇਬਲ ਦੇ ਅਕੋਰਡਿੰਗ ਹੋਵੇਗਾ ਪ੍ਰੋਪਰ ਇੱਕ ਸ਼ੈਡਿਊਲ ਦੇ ਅਕੋਰਡਿੰਗ ਹੋਵੇਗਾ ਠੀਕ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੈਡਿਊਲ ਡਿਸਕਸ ਕਰ ਲੈਣਾ ਸ਼ੈਡਿਊਲ ਕਿਵੇਂ ਦਾ ਰਹਿਣ ਵਾਲਾ ਹੈ ਠੀਕ ਹੈ ਅਗਰ ਮੈਂ ਸ਼ੈਡਿਊਲ ਦੀ ਗੱਲ ਕਰਾਂ ਤਾਂ ਸ਼ੈਡਿਊਲ ਦੀ ਫਾਈਲ ਤੁਹਾਨੂੰ ਪ੍ਰੋਪਰ ਬੈਚ ਦੇ ਵਿੱਚ ਪ੍ਰੋਪਰ ਸ਼ੈਡਿਊਲ ਦੀ ਫਾਈਲ ਮਿਲੇਗੀ ਇਹਨ ਦੇ ਵਿੱਚ ਆਪਣਾ ਦੇ ਗੱਲ ਕਰਾਂ ਤਾਂ 50 50 ਜਿਹੜੇ ਹੈਗੇ ਨੇ 50 ਡੇਸ ਦਾ ਸੁਪਰ ਟੈਸਟ ਪਾ ਕੇ ਹਨਾ ਤਾਂ ਟੈਸਟ ਬੈਚ ਬੱਚੇ ਤਾਂ ਠੀਕ ਹੈ ਤਾਂ ਇਹ 올 ਪੰਜਾਬ ਇਗਜ਼ਾਮ 2023 ਚ ਰਹਿਣ ਵਾਲਾ ਹੈ ਕੰਪਲੀਟ ਸ਼ਡਿਊਲ ਦੇ ਨਾਲ ਤੁਹਾਨੂੰ ਆਵੇਗਾ ਕੰਪਲੀਟ ਸ਼ਡਿਊਲਸ ਕੀ ਕੁਝ ਹੋਵੇਗਾ ਬੱਚੇ ਕੰਪਲੀਟ ਸ਼ਡਿਊਲ ਦੇ ਮੈਂ ਗੱਲ ਕਰਾਂ ਕੰਪਲੀਟ ਸ਼ਡਿਊਲ ਦੇ ਮੈਂ ਗੱਲ ਕਰਾਂ ਤਾਂ ਕੰਪਲੀਟ ਸ਼ਡਿਊਲ ਚ ਕੀ ਹੋਵੇਗਾ ਸਭ ਤੋਂ ਪਹਿਲਾਂ ਜਿਵੇਂ ਆਪਣੇ ਕੋਲ ਇਹ ਪ੍ਰੋਪਰ ਤੁਹਾਨੂੰ ਫਾਈਲ ਮਿਲੇਗੀ ਬੱਚੇ ਜਿਵੇਂ ਜਾਂ April ਦਾ 1 ਕੈਪਰਲ ਨੂੰ ਸਟਾਰਟ ਹੋਵਾਂਗੇ 1 ਕੈਪਰਲ ਦਾ ਡੇ 1 ਰੱਖਿਆ ਗਿਆ ਤੇ ਡੇ 1 ਦੇ ਵਿੱਚ ਕੀ ਆਪਣੇ ਕੋਲ ਸਭ ਤੋਂ ਪਹਿਲਾਂ ਆਪਾਂ ਪੋਲਿਟੀ ਕਰਾਂਗੇ ਪੋਲਿਟੀ ਦੇ 35 ਕੁਐਸਚਨ ਹੋਣਗੇ ਪਹਿਲੇ ਟੈਸਟ ਦੇ ਵਿੱਚ ਤੇ ਟਾਪਿਕਸ ਕਿਹੜੇ ਹੋਣਗੇ ਮੇਕਿੰਗ ਆਫ ਮੇਕਿੰਗ ਆਫ ਦਾ ਕਨਸਟੀਟਿਊਸ਼ਨ ਤੇ ਕੰਪੋਜੀਸ਼ਨ ਆਫ ਕਨਸਟੀਟਿਊਸ਼ਨ ਅਸੈਂਬਲੀ ਠੀਕ ਹੈ ਐਵੇਂ ਦੂਸਰਾ ਟੈਸਟ ਤੁਹਾਡੇ ਕੋਲ ਰੀਜ਼ਨਿੰਗ ਦਾ ਆ ਜਾਏਗਾ ਜਿੰਦੇ ਵਿੱਚ 25 ਕੁਐਸਚਨ ਹੋਣਗੇ ਤੇ ਰੀਜ਼ਨਿੰਗ ਦੇ ਚ ਪੂਰਾ ਕੋਡਿੰਗ ਡੀਕੋਡਿੰਗ ਦੇ ਉੱਪਰ ਟੈਸਟ ਹੋਵੇਗਾ ਤੀਸਰੇ ਦੀ ਮੈਂ ਗੱਲ ਕਰਾਂ ਕਰੰਟ ਅਫੇਅਰ ਦੇ ਟੈਸਟ ਹੋਣਗੇ ਕਰੰਟ ਅਫੇਅਰ ਦੇ ਟੈਸਟ ਤੁਹਾਡੇ 50 ਦੇ 50 ਦਿਨ ਚੱਲਣਗੇ ਕਰੰਟ ਅਫੇਅਰ ਦੇ ਟੈਸਟ ਤੁਹਾਡੇ 50 ਦੇ 50 ਦਿਨ ਚੱਲਣਗੇ ਐਂਡ ਇਹ ਅਕਤੂਬਰ ਤੋਂ ਸਟਾਰਟ ਕਰਾਂਗੇ ਅਬ ਅਕਤੂਬਰ 2022 ਦੇ ਕਰੰਟ ਅਫੇਅਰ ਦੇ ਟੈਸਟ ਹੋਣਗੇ ਠੀਕ ਹੈ ਅਗਰ ਮੈਂ ਪੰਜਾਬੀ ਦੀ ਗੱਲ ਕਰਾਂ ਤਾਂ ਪੰਜਾਬੀ ਦੇ ਵਿੱਚ ਹਿਸਟਰੀ ਆਫ ਪੰਜਾਬ ਪੇਪਰ A ਦੇ ਉੱਪਰ ਟੈਸਟ ਪਹਿਲਾਂ ਆਵੇਗਾ ਐਵੇਂ ਹੀ ਐਵੇਂ ਹੀ ਤਾਂ ਐਵੇਂ ਤੁਹਾਡੇ ਕੋਲ ਡੇ 2 ਆ ਜਾਏਗਾ ਬੱਚੇ ਐਵੇਂ ਹੀ ਡੇ 2 ਆ ਜਾਏਗਾ ਜਿਵੇਂ 3 April ਨੂੰ ਕਿਉਂਕਿ ਅ ਅਰਾਊਂਡ ਅਸੀਂ ਸੈਚਰਡੇ ਆਫ ਰੱਖਿਆ ਠੀਕ ਹੈ ਸੰਡੇ ਨੂੰ ਤੁਹਾਡਾ ਫੁੱਲ ਰਿਵੀਜ਼ਨ ਟੈਸਟ ਹੋਵੇਗਾ ਫੁੱਲ ਰਿਵੀਜ਼ਨ ਟੈਸਟ ਹੋਵੇਗਾ ਜੋ ਕਿ ਪੂਰਾ ਵੀਕਲੀ ਹੋਵੇਗਾ ਜਿਵੇਂ ਕਿ 1 April 1 April ਤੋਂ ਬਾਅਦ 1 April ਆਈ ਥਿੰਕ ਸੈਚਰਡੇ ਪੈਂਦਾ ਹੈ ਹਨਾ ਉਸ ਉਸ ਅੱਗੇ ਸੰਢੇ ਆ ਜਾਂਦਾ ਤਾਂ ਨੈਕਸਟ ਆਪਾਂ 3 ਤਰੀਕ ਤੋਂ ਪ੍ਰੋਪਰ ਸ਼ਡਿਊਲ ਆਪਣਾ ਸਟਾਰਟ ਹੋ ਜਾਏਗਾ 3 ਤਰੀਕ ਤੋਂ ਡੇ 2 ਰੱਖਿਆ ਗਿਆ ਜਿੰਦੇ ਵਿੱਚ ਪੋਲਿਟੀ ਸੇਮ ਪੋਲਿਟੀ ਦੇ 35 ਕੁਐਸਚਨ ਜਿੰਦੇ ਵਿੱਚ ਪ੍ਰੈਮਬਲ ਬਾਰੋ ਫੀਚਰਸ ਆ ਗਈਆਂ ਠੀਕ ਹੈ ਪਾਰਟਸ ਸ਼ਡਿਊਲਸ ਆਪਣੇ ਕਨਸਟੀਟਿਊਸ਼ਨ ਦੇ ਉਸ ਦੇ ਉੱਪਰ ਕੁਐਸਚਨ ਉਸ ਦੇ ਉੱਪਰ ਕੁਐਸਚਨ ਹੋਣਗੇ ਰੀਜ਼ਨਿੰਗ ਦੇ ਰੈਂਕਿੰਗ ਦੇ ਉੱਪਰ ਟੈਸਟ ਆਵੇਗਾ ਕਰੰਟ ਅਫੇਅਰ ਦੇ ਵਿੱਚ ਫਿਰ ਤੁਹਾਡੇ ਕੋਲ ਅਕਤੂਬਰ ਦੇ ਕਰੰਟ ਅਫੇਅਰ ਹੋਣਗੇ ਪ ਨਯਾਬ ਦੇ ਉੱਪਰ ਇੱਕ ਸਾਰਾ ਪੇਪਰ ਆਵੇਗਾ ਤਾਂ ਇਸੇ ਤਰੀਕੇ ਨਾਲ ਪ੍ਰੋਪਰ ਸਾਰਾ ਸ਼ਡਿਊਲ ਹੋਵੇਗਾ ਪ੍ਰੋਪਰ ਡੇ ਵਾਈ ਸ਼ਡਿਊਲ ਤੁਹਾਨੂੰ 50 ਦੇ 50 ਦਿਨਾਂ ਦਾ ਸ਼ਡਿਊਲ ਮਿਲੇਗਾ ਬੱਚੇ 50 ਦੇ 50 ਦਿਨਾਂ ਤੁਹਾਨੂੰ ਸ਼ਡਿਊਲ ਮਿਲੇਗਾ ਆ ਦੇਖੋ ਤੁਸੀਂ 50 ਦੇ 50 ਦਿਨਾਂ ਦਾ ਸ਼ਡਿਊਲ ਮਿਲੇਗਾ ਆ ਦੇਖ ਲਓ ਬੱਚੇ 50 ਦੇ ਪੂਰੀ ਫਾਈਲ 21 ਪੇਜਾਂ ਦਾ ਇੱਕ ਪੂਰਾ ਇੱਕ ਫਾਈਲ ਮਿਲੇਗੀ ਐਂਡ ਆ ਦੇਖੋ ਬੱਚੇ ਸੰਡੇ ਨੂੰ ਤੁਹਾਡਾ ਇੱਕ ਵੀਕਲੀ ਟੈਸਟ ਹੋਏ ਕਰੇਗਾ ਜੋ ਕਿ ਤੁਹਾਡਾ ਵੀਕਲੀ ਰਿਵੀਜ਼ਨ ਬੇਸ ਤੇ ਟੈਸਟ ਹੋਵੇਗਾ ਸੈਚਰਡੇ ਆਪਣਾ ਆਫਰ ਹੈ ਕਰੇਗਾ ਸੈਚਰਡੇ ਨੂੰ ਤੁਸੀਂ ਕੀ ਕਰਨਾ ਕਰਨਾ ਹੈ ਜੋ ਵੀ ਮੰਡੇ ਤੋ ਲੇ ਕੇ ਫਰਾਈਡੇ ਤੱਕ ਟੈਸਟ ਹੋਏ ਉਹਨਾਂ ਦੀ ਰਿਵੀਜ਼ਨ ਕਰਨੀ ਕਰਨੀ ਹੈ ਉਸ ਤੋਂ ਬਾਅਦ ਸੰਡੇ ਨੂੰ ਤੁਹਾਡਾ ਉਸ ਪੂਰੇ ਹਫਤੇ ਵਿੱਚ ਜੋ ਕੁਝ ਹੋਇਆ ਉਹਦਾ ਟੈਸਟ ਹੋਵੇ ਕਰੇਗਾ ਬੱਚੇ ਠੀਕ ਹੈ ਤਾਂ ਇਹ ਆਪਣਾ ਪ੍ਰੋਪਰ ਏ ਟੂ ਜ਼ੈਡ ਸ਼ਡਿਊਲ ਰਹਿਣ ਵਾਲਾ ਹੈ ਇਹਦੀ ਪ੍ਰੋਪਰ ਫਾਈਲ ਤੁਹਾਨੂੰ ਸਾਡੇ ਬੈਚ ਦੇ ਵਿੱਚ ਮਿਲ ਜਾਵੇਗੀ ਜੇ ਤੁਸੀਂ ਜਾਓਗੇ ਤਾਂ ਉਹ ਓਪਨ ਫਾਈਲ ਇਹ ਉੰਦੇ ਤੇ ਕੋਈ ਲੋਕ ਵਗੈਰਾ ਨਹੀਂ ਲੱਗਾ ਹੋਇਆ ਓਪਨ ਫਾਈਲ ਤੁਸੀਂ ਉਹ ਫਾਈਲ ਖੋਲ ਕੇ ਪ੍ਰੋਪਰ ਸ਼ਡਿਊਲ ਚੈੱਕ ਕਰ ਲਓ ਅਗਰ ਤੁਹਾਨੂੰ ਗੱਲ ਜੱਚਦੀ ਹੈ ਅਗਰ ਤੁਹਾਨੂੰ ਬੈਚ ਅੱਛਾ ਲੱਗਦਾ ਪ੍ਰੋਪਰ ਸ਼ਡਿਊਲ ਅੱਛਾ ਲੱਗਦਾ ਤਾਂ ਤੁਸੀਂ ਜਾ ਕੇ ਉਹ ਬੈਚ ਨੂੰ ਜੁਆਇਨ ਕਰ ਸਕਦੇ ਰਹਿਣ ਵਾਲੀ ਹੈ ਫੀਸ ਵੀ ਬੱਚੇ ਬਹੁਤ ਨੋਮੀਨਲ ਰਹਿਣ ਵਾਲੀ ਹੈ ਮੈਂ ਵਾਪਸ ਆਉਣਾ ਆਪਣੀ ਇਸੇ ਸਲਾਈਡ ਦੇ ਉੱਪਰ ਠੀਕ ਹੈ ਆ ਅਗਰ ਗੱਲ ਕਰਾਂ ਤਾਂ ਇਹਦੇ ਮੇਨ ਫੀਚਰਸ ਦੀ ਗੱਲ ਕਰਾਂ ਤਾਂ ਡੇਲੀ ਦੇ ਤੁਹਾਡੇ ਕੋਲ ਚਾਰ ਟੈਸਟ ਹੋਣਗੇ ਡੇਲੀ ਦੇ ਚਾਰ ਟੈਸਟ ਹੋਣਗੇ ਵਿਦ ਕੰਪਲੀਟ ਸ਼ਡਿਊਲ ਅਕੋਰਡਿੰਗ ਟੈਸਟ ਹੋਣਗੇ ਟੈਸਟ ਤੁਹਾਡੇ ਪੀਡੀਐਫ ਫਾਰਮ ਤੇ ਹੋਣ ਪੀਡੀਐਫ ਫਾਰਮ ਚ ਹੋਣਗੇ ਬੱਚੇ ਵੀ ਬੱਚਾ ਕਦੋਂ ਮਰਜ਼ੀ ਟੈਸਟ ਦੇ ਸਕਦਾ ਡਾਊਨਲੋਡ ਪੀਡੀਐਫ ਕਰ ਸਕਦਾ ਹੈ ਪੀਡੀਐਫ ਦਾ ਪ੍ਰਿੰਟ ਕਢਾ ਸਕਦਾ ਹੈ ਕਈ ਬੱਚਿਆਂ ਨੂੰ ਹੁੰਦਾ ਮੈਂ ਫੋਨ 'ਚ ਨਹੀਂ ਪੜ ਸਕਦਾ ਮੈਂ ਲੈਪਟਾਪ ਨਹੀਂ ਪੜ ਸਕਦਾ ਤਾਂ ਤੁਸੀਂ ਕੀ ਕਰੋ ਤੁਸੀਂ ਪਤਾ ਪ੍ਰਿੰਟ ਕਢਾ ਲਓ ਤੁਸੀਂ ਡਾਊਨਲੋਡ ਸਿੱਧੀ ਫਾਈਲ ਕਰੋ ਤੁਸੀਂ ਪ੍ਰਿੰਟ ਕਢਾ ਲਓ ਬੱਚੇ ਹੈਨਾ ਤਾਂ ਸਾਰੇ ਇੰਪੋਰਟੈਂਟ ਕੁਐ ਦਾ ਪਰ ਪੂਰੇ ਦਾ ਪੂਰਾ ਜਿਹੜਾ ਹੈਗਾ ਆਪਣੇ ਕੋਲ ਟਾਪਿਕ ਸਾਰੇ ਸਾਰੇ ਕਵਰ ਕੀਤੇ ਜਾਣਗੇ 7100 ਜਿਹੜੇ ਹੈਗੇ ਨੇ 7100 ਪਲੱਸ ਅੱਜ ਤੱਕ ਦੀਆਂ ਸਾਡੀਆਂ ਪੰਜਾਬ ਐਗਜ਼ਾਮਸ ਸਿਲੈਕਸ਼ਨ ਨੇ ਜੋ ਕਿ ਆਨਲਾਈਨ ਆਫਲਾਈਨ ਦੋਨਾਂ ਦੇ ਵਿੱਚੋਂ ਨੇ ਅਗਰ ਮੈਂ ਗੱਲ ਕਰਾਂ 2018 ਤੋਂ ਲੈ ਕੇ 2022 ਦੇ ਤੱਕ ਬਹੁਤ ਅੱچھے ਰੈਂਕ ਆਏ ਨੇ ਜਿਵੇਂ ਕਿ ਰੈਂਕ 1 ਰੈਂਕ 2 ਰੈਂਕ 3 ਰੈਂਕ 5 ਰੈਂਕ 6 ਰੈਂਕ 7 ਰੈਂਕ 10 ਇਹ ਪ੍ਰੋਪਰ ਵੀਡੀਓ ਸੀ ਤਾਂ ਤੁਹਾਨੂੰ ਸਾਡੇ ਚੈਨਲ ਤੇ ਮਿਲ ਜਾਣਗੀਆਂ ਠੀਕ ਹੈ ਤਾਂ ਇਹ ਇੱਕ ਅੱਛਾ ਰਿਜ਼ਲਟ ਤੁਸੀਂ ਲੈਣਾ ਹੈ ਤਾਂ ਤੁਹਾਨੂੰ ਇੱਕ ਤਿਆਰੀ ਇੱਕ ਸਿਸਟਮਾਈਜ਼ਡ ਤਰੀਕੇ ਨਾਲ ਤਿਆਰੀ ਕਰਨੀ ਪਣੀ ਹੈ ਐਵੇਂ ਨਹੀਂ ਹੁੰਦਾ ਵੀ ਕਦੇ ਕਦੇ ਉਹ ਕਿਸੇ ਚੈਨਲ ਤੇ ਕਲਾਸ ਲੱਗੀ ਮੈਂ ਮੈਥ ਕਰ ਕਰ ਲਿਆ ਗਵੰਡੀਆਂ ਦੇ ਚੈਨਲ ਤੇ ਕਲਾਸ ਲੱਗ ਗਈ ਤਾਂ ਮੈਂ ਰੀਜ਼ਨਿੰਗ ਕਰ ਲਈ ਠੀਕ ਹੈ ਇੱਕ ਕਰ ਛੱਡ ਕੇ ਕਿਸੇ ਚੈਨਲ ਦੇ ਕਲਾਸ ਲੱਗ ਗਈ ਤਾਂ ਮੈਂ ਆਪਣੇ ਕੋਲ ਇਕਨੋਮਿਕਸ ਕਰ ਲਈ ਪੰਜਾਬ ਜੀ ਕਰ ਲਈ ਐਵੇਂ ਨਹੀਂ ਹੁੰਦਾ ਬੱਚੇ ਇੱਕ ਪ੍ਰੋਪਰ ਸ਼ਡਿਊਲ ਹੋਵੇਗਾ ਤੁਹਾਡੇ ਕੋਲ 50 ਦੇ 50 ਦਿਨ ਤੁਸੀਂ ਅچھے ਤਰੀਕੇ ਨਾਲ ਤਿਆਰੀ ਕਰੋ ਤਾਂ ਤੁਸੀਂ ਆਰਾਮ ਨਾਲ ਕਰ पाओगे ਤਾਂ ਇਹ 50 ਡੇਸ ਦਾ ਜੋ ਟੈਸਟ ਪਲਾਨ ਇਸ ਦੀ ਫੀਸ ਹੈਗੀ ਸਿਰਫ 249 249 ਫੀਸ ਹੈ ਬੱਚੇ 249 ਰੁਪਏ ਫੀਸ ਹੈ ਪ੍ਰੋਪਰ ਇਹ 50 ਦਿਨਾਂ ਦੀ 50 ਦਿਨਾਂ ਦੀ 249 ਫੀਸ ਹੈ ਹੁਣ ਤੁਸੀਂ ਆਪਸੇ ਹਿਸਾਬ ਲਾ ਲਓ ਵੀ 250 ਰੁਪਿਆ ਅਗਰ ਤੁਸੀਂ ਅਗਰ ਤੁਸੀਂ 250 ਰੁਪਿਆ ਲਗਾ ਰਹੇ ਹੋ 250 ਰੁਪਿਆ ਲਗਾ ਰਹੇ ਹੋ 50 ਦਿਨਾਂ ਦੇ ਲਗਾ ਰਹੇ ਹੋ ਤਾਂ ਇੱਕ ਦਿਨ ਦਾ ਤੁਸੀਂ 5 ਰੁਪਏ ਲਾ ਰਹੇ ਹੋ ਨਾ 5 ਰੁਪਏ ਲਗਾ ਰਹੇ ਹੋ ਤੁਸੀਂ ਇੱਕ ਦਿਨ ਦੇ ਤੇ 5 ਰੁਪਏ ਤੁਸੀਂ ਅਗਰ ਲਗਾਓਗੇ ਤਾਂ ਤੁਹਾਨੂੰ ਦੇਖੋ ਕਿੰਨਾ ਫਾਇਦਾ ਹੁੰਦਾ ਹੈ 1 1 ਰੁਪਏ ਦਾ ਤੁਹਾਨੂੰ ਸਵਾ ਰੁਪਏ ਦਾ ਇੱਕ ਟੈਸਟ ਪੈਣਾ ਬੱਚੇ ਸਵਾ ਰੁਪਏ ਦਾ ਇੱਕ ਟੈਸਟ ਪੈਣਾ ਵੀ ਅਗਰ ਤੁਸੀਂ ਰੀਜ਼ਨਿੰਗ ਦਾ ਇੱਕ ਟੈਸਟ ਲਾਤਾ ਸਵਾ ਰੁਪਏ ਦਾ ਟੈਸਟ ਹੋਣਾ ਤੁਹਾਡਾ ਹਨਾ ਤਾਂ ਬਹੁਤ ਨੋਮੀਨਲ ਫੀਸ ਹੈ ਜੋ 1 April ਤੋਂ ਆਪਣਾ ਇਹ ਸਟਾਰਟ ਹੋਣ ਜਾ ਰਿਹਾ ਹੈ ਤਾਂ ਕਿੱਥੇ ਮਿਲੇਗਾ ਤੁਹਾਨੂੰ ਸਾਡੀ ਐਪਲੀਕੇਸ਼ਨ ਤੇ ਮਿਲੇਗਾ CBC ਸਿੱਖਿਆ ਦੀ ਉੱਪਰ ਮਿਲੇਗਾ ਡਾਊਨਲੋਡ ਕਰਨੀ ਤੁਸੀਂ CBC ਸਿੱਖਿਆ ਐਪਲੀਕੇਸ਼ਨ ਬੱਚੇ ਠੀਕ ਹੈ ਐਂਡ ਆਈਫੋਨ ਯੂਜ਼ਰਸ ਨੇ ਮ ਕੋਡ ਲਗਾਉਣਾ ਹੈ XMXWB ਠੀਕ ਹੈ ਇਹ ਕੋਡ ਲਗਾ ਕੇ ਤੁਸੀਂ ਐਪ ਨੂੰ ਓਪਨ ਕਰ ਲੈਣਾ ਹੈ ਤੇ ਤੁਸੀਂ ਅਗਰ ਕੋਈ ਹੈਲਪ ਲਾਈਨ ਹੈਲਪ ਚਾਹੀਦੀ ਹੈ ਤਾਂ 95222 95232 ਦੇ ਉੱਪਰ ਤੁਸੀਂ ਕਾਲ ਕਰ ਲੈਣੀ ਹੈ ਤਾਂ ਇਹ ਆਪਣਾ ਟੈਸਟ ਮੈਚ ਬਹੁਤ ਹੀ ਇੱਕ ਐਕਸਲੈਂਟ ਟੈਸਟ ਬੈਚ ਲੈਣ ਵਾਲਾ ਐਕਸਲੈਂਟ ਟੈਸਟ ਬੈਚ ਲੈਣ ਵਾਲਾ ਬੱਚੇ ਐਂਡ ਇਕਲ ਹੋਰ ਸਾਡੇ ਅਪਕਮਿੰਗ ਲਾਈਵ ਬੈਚਸ ਆ ਰਹੇ ਨੇ ਬੱਚੇ ਜਿਵੇਂ ਕਿ ਕੰਪਲੀਟ ਜੀਕੇ ਦਾ ਲਾਈਵ ਬੈਚ ਤੇ ਕੰਪਲੀਟ ਪੰਜਾਬੀ ਪੇਪਰ A ਦਾ ਥਿਊਰੀ ਪਲੱਸ MCQ ਕੰਪਲੀਟ ਬੈਚ ਆ ਰਹੇ ਨੇ ਬਹੁਤ ਜਲਦੀ ਇਹ ਬੈਚ ਆ ਰਹੇ ਨੇ ਤੇ ਕਲਾਸਸ ਮੇਰੇ ਵੱਲੋਂ ਐਂਡ ਰੀਆ मैम ਵੱਲੋਂ ਲਗਾਈਆਂ ਜਾਣਗੀਆਂ ਬੱਚੇ ਠੀਕ ਹੈ ਐਂਡ ਇੱਕ ਤੁਹਾਡੇ ਵਾਸਤੇ ਬਿਗ ਸਰਪ੍ਰਾਈਜ਼ ਇੱਕ ਹੋਰ ਹੈਗਾ ਉਹ ਬਹੁਤ ਹੀ ਜਲਦੀ ਤੁਹਾਨੂੰ ਕੱਲ ਜਾਂ ਪਰਸੋਂ ਇੱਕ ਬਿਗ ਸਰਪ੍ਰਾਈਜ਼ ਹੋਰ ਦੇਵਾਂਗੇ ਹੋਰ ਤੁਹਾਨੂੰ ਬਿਗ ਸਰਪ੍ਰਾਈਜ਼ ਦੇਵਾਂਗੇ ਬੱਚੇ ਠੀਕ ਹੈ ਤਾਂ ਅਗਰ ਕੋਸ਼ਿਸ਼ ਕਰੋਗੇ ਤਾਂ ਹਿੰਮਤ ਕਰੋਗੇ ਤਾਂ ਜਰੂਰ ਤੁਸੀਂ ਇਸ ਮੁਕਾਮ ਤੱਕ ਪਹੁੰਚੋਗੇ ਜੋ ਗਵਰਨਮੈਂਟ ਜੌਬ ਤੇ ਪਹੁੰਚੋਗੇ ਇੱਕ ਸ਼ੈਡਿਊਲ ਹੋਵੇਗਾ ਪ੍ਰੋਪਰ ਪਤਾ ਹੋਵੇਗਾ ਸਿਰ ਤੇ ਡੰਡਾ ਹੋਵੇਗਾ ਵੀ ਕੱਲ ਨੂੰ ਫੰਡਮੈਂਟਲ ਡਿਊਟੀ ਦੇ ਟੈਸਟ ਹੈਗਾ ਕੱਲ ਨੂੰ ਅਗਲੇ ਦਿਨ ਕਿਸੇ ਹੋਰ ਤੇ ਟੈਸਟ ਹੈਗਾ ਕਿਉਂਕਿ ਪ੍ਰੋਪਰ ਸ਼ੈਡਿਊਲ ਹੈ ਆਸੀਂ ਦੇਖੋ ਆਸੀਂ ਦੇਖ ਸਕਦੇ ਹੋ ਪ੍ਰੋਪਰ ਇੱਕ ਸ਼ੈਡਿਊਲ ਦਿੱਤਾ ਗਿਆ ਤੇ ਪ੍ਰੋਪਰ ਸ਼ੈਡਿ ਮੈਂ ਤੁਹਾਨੂੰ ਦਿਖਾ ਦੇਣਾ ਚਾਹਵਾ ਇੱਕ ਗੱਲ ਹੋਰ ਦਿਖਾ ਜਾਵਾਂ ਕਈ ਬੱਚੇ ਕਹਿਣਗੇ ਸਰ ਵੀ ਇਹਦੇ ਵਿੱਚ ਤੁਸੀਂ ਉਹ ਨਹੀਂ ਪਾਇਆ ਸਪੋਰਟਸ ਨਹੀਂ ਪਾਇਆ ਇਕਨੋਮਿਕਸ ਨਹੀਂ ਪਾਈ ਜੇ ਨਹੀਂ ਪਾਇਆ ਆ ਦੇਖੋ ਈਡੀਐਮ ਹੋ ਗਿਆ ਲੈਂਗੁਏਜ ਲਿਟਰੇਚਰ ਹੋ ਗਿਆ ਸਭ ਕੁਝ ਪਾਇਆ ਹੋਇਆ ਏ ਟੂ ਜ਼ेड ਮੈਂ ਸਭ ਕੁਝ ਚੀਜ਼ ਮੈਂ ਕਿ ਬੱਚਿਆਂ ਨੂੰ ਕੋਈ ਚੀਜ਼ ਐਵੇਂ ਨਾ ਲੱਗੇ ਵੀ ਸਰ ਨੇ ਕੋਈ ਚੀਜ਼ ਆਉਣੀ ਪਾਈ ਆਣੀ ਪਾਈ ਠੀਕ ਹੈ ਆ ਦੇਖੋ ਤੁਸੀਂ ਆ ਸਿਨੇਮਾ ਆ ਦੇਖੋ ਸਟੈਟਿਕ ਜੀ ਕੇ ਦੇਖੋ ਭਾਈ ਸਿਨੇਮਾ ਐਂਡ ਲਿਟਰੇਚਰ ਤੇ ਵੀ ਤੁਹਾਡਾ ਟੈਸਟ ਹੋ ਰਿਹਾ ਸਿਨੇਮਾ ਤੇ ਲਿਟਰੇਚਰ ਦੇ ਵੀ ਤੁਹਾਡਾ ਟੈਸਟ ਹੋ ਰਿਹਾ ਬੱਚੇ ਈਵਨ ਤੁਹਾਡਾ ਇੰਗਲਿਸ਼ ਟੂ ਪੰਜਾਬੀ ਤੇ ਸੌਰੀ ਪੰਜਾਬੀ ਟੂ ਇੰਗਲਿਸ਼ ਤੇ ਇੰਗਲਿਸ਼ ਟੂ ਪੰਜਾਬੀ ਤੇ ਉੱਪਰ ਵੀ ਟੈਸਟ ਹੋ ਰਿਹਾ ਜੋ ਪੰਜਾਬ ਪੁਲਿਸ ਦੇ ਬੱਚੇ ਨੇ ਉਹਨਾਂ ਵਾਸਤੇ ਬੈਨੀਫੀਸ਼ੀਅਲ ਹੋ ਰਿਹਾ ਹੈ ਏ ਟੂ ਜ਼ੈਡ ਇਸ ਚੀਜ਼ ਦਾ ਸੋਲੂਸ਼ਨ ਹੈਗਾ ਆਪਣੇ ਕੋਲ ਹਰ ਚੀਜ਼ ਦਾ ਸੋਲੂਸ਼ਨ ਹੈਗਾ ਬੱਚੇ ਅਗਰ ਤੁਸੀਂ ਤਿਆਰੀ ਕਰ ਪਾਉਗੇ ਤਾਂ ਅੱਛੇ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਗ੍ਰੈਬ ਕਰ ਪਾਉਗੇ ਠੀਕ ਹੈ ਬੱਚੇ ਤਾਂ ਇਹ ਸੀ ਆਪਣਾ ਅੱਜ ਦਾ ਜਿਹੜਾ ਪ੍ਰੋਪਰ ਸ਼ਡਿਊਲ ਆ ਦੇਖੋ ਸਪੋਰਟਸ ਦੇ ਉੱਪਰ ਵੀ ਸਪੋਰਟਸ ਦੇ ਉੱਪਰ ਵੀ ਟੈਸਟ ਹੋ ਰਿਹਾ ਤੁਹਾਡਾ ਠੀਕ ਹੈ April ਮਨ ਦੇ ਕਰੰਟ ਅਫੇਅਰ ਸਾਰੇ ਦੇ ਸਾਰੇ ਕਰੰਟ ਅਫੇਅਰ ਏ ਟੂ ਜ਼ੈਡ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬੱਚੇ ਆਪਾਂ ਇਸ ਬੈਚ ਦੇ ਵਿੱਚ ਡਿਸਕਸ ਕਰਾਂਗੇ ਇਹ April ਨੂੰ ਜੁਆਇਨ ਕਰਨਾ ਨਾ ਭੁੱ ਸeries ਤੇ ਅਰਮਿਸ਼ਨ ਅਜ ਤੋਂ ਸਟਾਰਟ ਹੋ ਚੁੱਕੀ ਹੈ ਤੁਸੀਂ ਆਪਣੀ ਐਪ ਤੇ ਜਾ ਕੇ ਹੁਣੇ ਪਰਚੇਸ ਕਰ ਸਕਦੇ ਹੋ ਕਿਉਂਕਿ ਹੋ ਸਕਦਾ 1 April ਤੋਂ ਬਾਅਦ ਇਹਨਾਂ ਦੇ ਬੈਚ ਦੀ ਫੀਸ ਦੋਸਤੋ 400 ਵੀ ਹੋ ਸਕਦੀ ਹੈ 500 ਵੀ ਹੋ ਸਕਦੀ ਹੈ ਠੀਕ ਹੈ ਤਾਂ ਹੁਣ ਤੁਹਾਨੂੰ 249 ਦਾ ਬੈਚ ਮਿਲ ਰਿਹਾ ਤੁਸੀਂ ਆਪਣੀ ਐਪ ਤੇ ਜਾ ਕੇ ਇਸ ਨੂੰ ਪਰਚੇਸ ਕਰ ਸਕਦੇ ਹੋ ਓਕੇ ਥੈਂਕ ਯੂ ਬੱਚੇ ਬਾਏ ਬਾਏ